ਟੋਲ ਪਲਾਜ਼ਾ ਦੇ ਸਤਾਏ ਲੋਕਾਂ ਨੂੰ ਨਿਜਾਤ ਦਿਵਾਉਣ ਦੇ ਲਈ ਹੁਣ ਕਿਸਾਨ ਖੁਦ ਜੇਸੀਬੀ ਲੈ ਕੇ ਇਸ ਟੋਲ ਪਲਾਜ਼ਾ ਨੂੰ ਤੋੜਨ ਲਈ ਪਹੁੰਚੇ ਨੇ ਤੇ ਤੋੜ ਵੀ ਰਹੇ ਨੇ। ਤਸਵੀਰਾਂ ਸਾਹਮਣੇ ਆਈਆਂ ਨੇ ਜਿੱਥੇ ਟੋਲ ਪਲਾਜ਼ਾ ਨੂੰ ਜੇਸੀਬੀ ਦੇ ਨਾਲ ਤੋੜਿਆ ਜਾ ਰਿਹਾ ਹੈ ਤੇ ਤੋੜਨ ਵਾਲੇ ਇਹ ਕਿਸਾਨ ਨੇ। ਬਠਿੰਡਾ ਦੇ ਵਿੱਚ ਸੜਕ ਵਿਚਕਾਰ ਇੱਕ ਟੋਲ ਪਲਾਜ਼ਾ ਬਣਿਆ ਹੈ। ਬਠਿੰਡਾ ਦੇ ਘੁੰਮਣ ਕਲਾਂ ਸੜਕ ਦੇ ਵਿਚਾਲੇ ਬਣੇ ਇਸ ਟੋਲ ਨੂੰ ਜੋ ਕਿ ਕਾਫੀ ਲੰਮੇ ਸਮੇਂ ਤੋਂ ਬੰਦ ਪਿਆ ਹੈ, ਹੁਣ ਕਿਸਾਨਾਂ ਦੇ ਵੱਲੋਂ ਤੋੜਿਆ ਜਾ ਰਿਹਾ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਇਸ ਟੋਲ ਦੇ ਕਰਕੇ ਕਈ ਵਾਰ ਹਾਦਸੇ ਵਾਪਰ ਚੁੱਕੇ ਨੇ, ਕੀਮਤੀ ਜਾਨਾਂ ਜਾ ਚੁੱਕੀਆਂ ਨੇ, ਲੋਕਾਂ ਦਾ ਮਾਲੀ ਨੁਕਸਾਨ ਵੀ ਹੋ ਰਿਹਾ ਹੈ। ਟੋਲ ਬੰਦ ਪਿਆ ਹੈ ਪਰ ਫਿਰ ਵੀ ਇਸ ਤੋਂ ਆਉਣਾ ਜਾਣਾ, ਟ੍ਰੈਫਿਕ ਜਾਮ ਹੋਣਾ ਕਾਫੀ ਸਮੱਸਿਆਵਾਂ ਰਾਹਗੀਰਾਂ ਨੂੰ ਪੇਸ਼ ਆ ਰਹੀਆਂ ਸਨ, ਜਿਸ ਲਈ ਇਹਨਾਂ ਕਿਸਾਨਾਂ ਨੇ ਕਈ ਵਾਰ ਪ੍ਰਸ਼ਾਸਨ ਨੂੰ ਸ਼ਿਕਾਇਤ ਵੀ ਕੀਤੀ ਪਰ ਕੋਈ ਸੁਣਵਾਈ ਨਹੀਂ ਹੋਈ। ਹੁਣ ਕਿਸਾਨਾਂ ਦੇ ਵੱਲੋਂ ਖੁਦ ਜੇਸੀਬੀ ਲੈ ਕੇ ਇਸ ਟੋਲ ਪਲਾਜ਼ਾ ਨੂੰ ਤੋੜਿਆ ਜਾ ਰਿਹਾ ਹੈ। ਦੱਸ ਦਈਏ ਕਿ ਕਿਸਾਨ ਇੱਥੇ ਖੁਦ ਜੇਸੀਬੀ ਲੈ ਕੇ ਪਹੁੰਚੇ ਤੇ ਜੇਸੀਬੀ ਦੇ ਨਾਲ ਇਸ ਟੋਲ ਪਲਾਜ਼ੇ ਨੂੰ ਤੋੜਨਾ ਸ਼ੁਰੂ ਕਰ ਦਿੱਤਾ ਗਿਆ, ਜਿਸ ਤੋਂ ਬਾਅਦ ਇਹ ਵੀਡੀਓ ਵੀ ਸਾਹਮਣੇ ਆ ਗਈ ਹੈ। ਕਿਸਾਨਾਂ ਦਾ ਕਹਿਣਾ ਹੈ ਕਿ ਉਹਨਾਂ ਦੇ ਵੱਲੋਂ ਇਸ ਟੋਲ ਨੂੰ ਹਟਾਉਣ ਦੇ ਲਈ ਧਰਨਾ ਵੀ ਸ਼ੁਰੂ ਕਰ ਦਿੱਤਾ ਗਿਆ ਹੈ ਅਤੇ 5 ਤਰੀਕ ਨੂੰ ਇੱਕ ਵੱਡਾ ਇਕੱਠ ਕਰਕੇ ਅੱਗੇ ਦੀ ਰਣਨੀਤੀ ਘੜੀ ਜਾਏਗੀ। ਕਿਸਾਨਾਂ ਨੇ ਵੀ ਦੱਸਿਆ ਕਿ ਟੋਲ ਬੰਦ ਹੋਣ ਕਰਕੇ ਇੱਥੇ ਜਿੱਥੇ ਰਾਹਗੀਰਾਂ ਦਾ ਨੁਕਸਾਨ ਹੋ ਰਿਹਾ ਹੈ, ਹਾਦਸੇ ਹੋ ਰਹੇ ਨੇ, ਤਾਂ ਉੱਥੇ ਹੀ ਬੰਦ ਪਏ ਇਸ ਟੋਲ ਦੇ ਉੱਤੇ ਨਸ਼ੇੜੀ ਤੇ ਚੋਰ ਲੁਟੇਰੇ ਠਹਿਰਦੇ ਨੇ, ਵਾਰਦਾਤਾਂ ਨੂੰ ਅੰਜਾਮ ਦਿੰਦੇ ਨੇ, ਜਿਸ ਲਈ ਇਸ ਟੋਲ ਨੂੰ ਹਟਾਉਣਾ ਪੈ ਰਿਹਾ ਹੈ। ਕਿਸਾਨਾਂ ਦੇ ਵੱਲੋਂ ਜੇਸੀਬੀ ਦੇ ਨਾਲ ਇਸ ਟੋਲ ਪਲਾਜ਼ੇ ਨੂੰ ਢਹਿ ਢੇਰੀ ਕਰ ਦਿੱਤਾ ਗਿਆ ਹੈ ਅਤੇ 5 ਤਰੀਕ ਦਾ ਸਮਾਂ ਵੀ ਦਿੱਤਾ ਗਿਆ ਹੈ ਕਿ ਇਸ ਨੂੰ ਇੱਥੋਂ ਪੂਰੀ ਤਰ੍ਹਾਂ ਦੇ ਨਾਲ ਹਟਾਇਆ ਜਾਏ, ਪਰ ਪ੍ਰਸ਼ਾਸਨ ਉਹਨਾਂ ਦੀ ਕੋਈ ਵੀ ਗੱਲ ਨਹੀਂ ਸੁਣ ਰਿਹਾ ਹੈ। ਕਿਸਾਨਾਂ ਨੇ ਇਲਜ਼ਾਮ ਲਗਾਏ ਨੇ ਕਿ ਪ੍ਰਸ਼ਾਸਨ ਨੂੰ ਕਈ ਵਾਰ ਕਿਹਾ ਗਿਆ ਹੈ ਪਰ ਇਸ ਟੋਲ ਨੂੰ ਹਟਾਇਆ ਨਹੀਂ ਜਾ ਰਿਹਾ, ਨਾ ਤੇ ਇੱਥੇ ਕੋਈ ਟੋਲ ਟੈਕਸ ਵਸੂਲਿਆ ਜਾਂਦਾ ਹੈ ਤੇ ਬਿਨਾਂ ਗੱਲ ਤੋਂ ਸੜਕ ਦੇ ਵਿਚਾਲੇ ਇੱਕ ਰੋੜਾ ਬਣਿਆ ਹੋਇਆ ਜਿਸ ਨੂੰ ਹਟਾਉਣਾ ਜ਼ਰੂਰੀ ਹੈ ਕਿਉਂਕਿ ਇਸ ਦੇ ਨਾਲ ਵੱਡੇ ਵੱਡੇ ਹਾਦਸੇ ਵਾਪਰ ਰਹੇ ਨੇ, ਲੋਕਾਂ ਦੀਆਂ ਕੀਮਤੀ ਜਾਨਾਂ ਜਾ ਰਹੀਆਂ ਨੇ, ਮਾਲੀ ਨੁਕਸਾਨ ਹੋ ਰਿਹਾ ਹੈ, ਨਸ਼ੇੜੀਆਂ ਦਾ ਅੱਡਾ ਬਣ ਚੁੱਕਿਆ ਹੈ, ਚੋਰ ਲੁਟੇਰੇ ਇਸ ਟੋਲ ਪਲਾਜ਼ਾ ਤੇ ਠਹਿਰਦੇ ਨੇ, ਜਿਸ ਲਈ ਇਸ ਟੋਲ ਪਲਾਜ਼ਾ ਨੂੰ ਹਟਾਉਣਾ ਬੇਹੱਦ ਜ਼ਰੂਰੀ ਹੈ। ਸਿੰਘ ਤੋਂਗਲੀ ਬਲਾਕ ਪ੍ਰਧਾਨ ਭਾਰਤੀ ਕਿਸਾਨ ਯੂਨਿਟ ਕਹਿੰਦਾ, ਜੋ ਅੱਜ ਅਸੀਂ ਇੱਥੇ ਟੂਲ ਪਲਾਜ਼ੇ ਦੇ ਉੱਤੇ ਕੱਲ੍ਹ ਤੋਂ ਲੈ ਕੇ ਕੱਲ੍ਹ ਸਾਫ਼ ਸਫਾਈ ਕਰਕੇ ਅੱਜ ਅਸੀਂ ਮੋਰਚਾ ਲਾਇਆ ਹੋਇਆ ਵੀ ਜਿਹੜਾ ਇੱਕ ਸੁੱਖਾ ਸਿੰਘ ਅਤੇ ਘੁੰਮਣ ਦੇ ਸਾਹਮਣੇ ਦੇ ਵਿੱਚ ਇੱਕ ਟੂਲ ਪਲਾਜ਼ਾ ਲੱਗਿਆ ਹੋਇਆ ਜਿਹੜੇ ਨੂੰ ਕਾਫ਼ੀ ਚਿਰ ਤੋਂ ਬੰਦ ਹੈ ਅਤੇ ਬਹੁਤ ਹੀ ਲੋਕਾਂ ਦੀਆਂ ਕੀਮਤੀ ਜਾਨਾਂ ਲਿੱਤੀਆਂ ਨੇ, ਨਿੱਤ ਇੰਸੀਡੈਂਟ ਹੋਣਾ, ਅਤੇ ਇਹਦੇ ਕਾਰਨ ਅਸੀਂ ਇੱਥੇ ਮੋਰਚਾ ਲੱਗਿਆ ਭਾਰਤੀ ਕਿਸਾਨ ਜੀ ਡਕਾਉਂਦਾ ਕਿ ਨੂੰ ਮੀਟਿੰਗ ਕਰਕੇ ਇੱਥੇ ਘੁੰਮਣ ਪਿੰਡ ਦੇ ਵਿੱਚ, ਅਤੇ ਇੱਥੇ ਅਸੀਂ ਮਤਲਬ ਅੱਜ ਜ਼ਿਲ੍ਹੇ ਦੀ ਮੀਟਿੰਗ ਸੱਦੀ ਹੈ, ਮੀਟਿੰਗ ਦੇ ਵਿੱਚ ਵਿਚਾਰ ਕੇ ਵੀ 22 ਤਰੀਕ ਨੂੰ ਪਾਸੇ ਕਰਨਾ, ਕਿਉਂਕਿ ਪ੍ਰਸ਼ਾਸਨ ਦੇ ਧਿਆਨ 'ਚ ਲਿਆਂਦਾ ਹੋਇਆ ਸਾਰਾ ਇਹ, ਪ੍ਰਸ਼ਾਸਨ ਨੂੰ ਵੀ ਪਤਾ ਵੀ ਨਿੱਥੇ ਠੱਗਾ ਚੋਰੀਆਂ ਹੁੰਦੀਆਂ, ਲੁੱਟਾਂ ਖੋਹਾਂ ਹੁੰਦੀਆਂ, ਲੋਕਾਂ ਦੀਆਂ ਲੱਖੀ ਕੀਮਤਾਂ ਜਾਵੜੀਆਂ, ਅਤੇ ਕੀਮਤੀ ਸਮਾਨ ਇੱਥੇ ਗੱਡੀਆਂ, ਮੈਂ ਕੱਲ੍ਹ ਇੱਕ ਕੋਟਸ਼ਮੀਰ ਤੋਂ ਗੱਡੀ ਆ ਕੇ ਇੰਸੀਡੈਂਟ ਹੋ ਗਈ, ਉਹਦੀ ਜਮ੍ਹਾਂ ਮਤਲਬ ਗੱਡੀ ਫੁੱਟ ਗਈ। ਇਸ ਕਰਕੇ ਅਸੀਂ ਬੇਨਤੀ ਕਰਦੇ ਹਾਂ ਪੰਜਾਬ ਦੇ ਜਿੰਨੇ ਸਾਡੇ ਲੋਕ ਨੇੜੇ ਤੇੜੇ ਦੇ ਮਤਲਬ ਔਟ ਬਲਾਕ ਦੇ ਵਿੱਚ, ਵੀ 5 ਤਰੀਕ ਨੂੰ ਅਸੀਂ ਇੱਥੇ ਵੱਡਾ ਇਕੱਠ ਕਰਕੇ ਇਹਨੂੰ ਸਾਈਡ 'ਤੇ ਕਰਨ ਦੀ ਗਾਉਂਦਬੰਦੀ ਬਣਾਵਾਂਗੇ, ਅਤੇ ਸਾਰਿਆਂ ਨੂੰ ਬੇਨਤੀ ਵੱਧ ਤੋਂ ਵੱਧ ਪਹੁੰਚਣ, ਕਿਉਂਕਿ ਜਿਹੜਾ ਇਹ ਚਿੱਟਾ ਹੱਥੀ ਇੱਥੋਂ ਦੀ ਸਰਕਾਰ ਨੇ ਪੈਸੇ ਲੈ ਕੇ ਬੰਨਿਆ ਹੋਇਆ, ਅੱਗੇ ਪਿੱਛੇ ਵੀ ਇੱਕ ਢਾਈ ਪੀ ਕੋਲ ਜਿਹੜਾ ਟੂਲ ਪਲਾਜ਼ਾ, ਉਹ ਵੀ ਭਾਰਤੀ ਕਿਸਾਨ ਡਕਾਉਂਦੇ ਦੀ ਦੇਣ ਆ, ਉਹਨਾਂ ਨੇ ਚੱਕਿਆ, ਹੁਣ ਵੀ ਅਸੀਂ ਲੋਕਾਂ ਦੇ ਸਹਿਯੋਗ ਮੰਗਦੇ ਹਾਂ ਅਤੇ ਲੋਕਾਂ ਦੇ ਸਹਿਯੋਗ ਦੇ ਨਾਲ ਇਹਨੂੰ ਢਾ ਕੇ ਸਾਈਡ 'ਤੇ ਕੀਤਾ ਜਾਊਗਾ, ਅਤੇ ਵੱਧ ਤੋਂ ਵੱਧ ਅਸੀਂ ਬੇਨਤੀ ਕਰਦੇ ਹਾਂ ਸਾਡੇ ਨਾਲ ਤਾਲਮੇਲ ਕਰੋ ਅਤੇ ਆਪਾਂ ਆਉਣ ਵਾਲੇ ਦਿਨਾਂ ਦੇ ਵਿੱਚ ਥੋੜ੍ਹੇ ਦਿਨਾਂ ਦੇ ਵਿੱਚ ਇਹਨੂੰ ਢਾ ਕੇ ਸਾਈਡ 'ਤੇ ਕਰ ਸਕਦੇ। ਮੈਂ ਰਾਜਵਿੰਦਰ ਕੋਟਪਾਰਾ, ਜ਼ਿਲ੍ਹਾ ਜਨ ਸਕੱਤਰ ਭਾਰਤੀ ਕਿਸਾਨ ਏਕਤਾ ਟਕਾਉਂਦਾ, ਜ਼ਿਲ੍ਹਾ ਬਠਿੰਡਾ। ਅੱਜ ਅਸੀਂ ਖੜ੍ਹੇ ਹਾਂ ਘੁੰਮਣ ਕਲਾਂ ਟੋਲ ਪਲਾਜ਼ੇ 'ਤੇ, ਜੋ ਕਿ ਬਿਲਕੁਲ ਬੇਅਸੂਲਾ ਅਤੇ ਬੇਲੋੜਾ ਲੱਗਿਆ ਹੋਇਆ ਹੈ। ਲਗਾਤਾਰ ਇੱਥੇ ਘਟਨਾਵਾਂ ਵਾਪਰ ਰਹੀਆਂ। ਅਸੀਂ ਪਿਛਲੇ ਦਿਨੀ ਇੱਥੋਂ ਦੇ ਪ੍ਰਸ਼ਾਸਨ ਨੂੰ ਤਹਿਸੀਲਦਾਰ ਰਾਹੀਂ ਮੰਗ ਪੱਤਰ ਦਿੱਤਾ, ਡੀ ਸੀ ਨੂੰ ਮੰਗ ਪੱਤਰ ਦਿੱਤਾ,
ਪਰ ਕਿਸੇ ਨੇ ਸਾਡੀ ਗੱਲ ਨਹੀਂ ਸੁਣੀ। ਕੱਲ੍ਹ ਵਾਲੀ 30-31 ਤੇ ਇੱਕ ਦੀ ਰਾਤ ਨੂੰ ਹੀ ਐਕਸੀਡੈਂਟ ਹੋਇਆ, ਦੋ ਬੰਦਿਆਂ ਦੇ ਚੂੜੇ ਟੁੱਟ ਗਏ, ਹਸਪਤਾਲ ਪਏ ਨਾ। ਅਸੀਂ ਇਹ ਪੱਕੇ ਮੋਰਚੇ ਦਾ ਐਲਾਨ ਕੀਤਾ 5 ਅਗਸਤ ਤੋਂ, ਲਗਾਤਾਰ ਅਸੀਂ ਇਹ ਮੋਰਚੇ ਨੂੰ ਹਟਾਵਾਂਗੇ ਟੋਲ ਪਲਾਜ਼ੇ ਨੂੰ, ਜੋ ਕਿ ਲੱਖਾਂ ਲੋਕਾਂ ਦੀ ਕੀਮਤੀ ਜਾਨਾਂ ਗਈਆਂ, ਜਾਨੀ ਮਾਲੀ ਨੁਕਸਾਨ ਹੋਇਆ, ਲੁੱਟ ਖੋਹ ਦਾ ਅੱਡਾ ਬਣਿਆ ਹੋਇਆ। ਜਦੋਂ ਤੱਕ ਇਹ ਟੋਲ ਪਲਾਜ਼ਾ ਪੱਟ ਕੇ ਪਾਸੇ ਨਹੀਂ ਕੀਤਾ ਜਾਂਦਾ, ਉਦੋਂ ਤੱਕ ਭਾਰਤੀ ਕਿਸਾਨ ਏਕਤਾ ਟਕਾਉਂਦਾ ਵੱਲੋਂ ਇਹ ਮੋਰਚਾ ਜਾਰੀ ਰਹੂ।